ਜਨਮ ਜਾਣ ਦੀ ਖਾਤਰ ਖੂਨ ਦੇ ਆਖਰੀ ਕਤਰੇ ਤੱਕ ਲੜਾਂਗੇ ਚੋਰਾਂ ਦੇ ਨਾਲ। ਚੋਰਾਂ ਨੇ ਇੱਕ ਕੁੱਤਾ ਪਾਲਾ, ਚੋਰਾਂ ਨੇ ਇੱਕ ਕੁੱਤਾ ਪਾਲਾ, ਸਮਝ ਗਏ, ਚੋਰਾਂ ਨੇ ਇੱਕ ਕੁੱਤਾ ਪਾਲਾ, ਅੱਛਾ ਚੱਚਾ ਮੁੱਛੋ ਵਾਲਾ। ਤੁਸੀਂ ਕਿੱਥੋਂ ਆਏ ਗਏ ਹੋ? ਮੈਂ ਲਾਹੌਰੋਂ ਆਇਆ ਵਾ, ਗੜੀ ਸ਼ੋਅ ਤੋਂ। ਕੀ ਕਹਿਣਾ ਚਾਹੋਗੇ, ਕਾਹਦੇ ਲਈ ਆਏ ਸਮਾਨ ਪਾਰਕ? ਮੈਂ ਸਿਰਫ ਪਾਕਿਸਤਾਨ ਨੂੰ ਬਚਾਉਣ ਦੀ ਖਾਤਰ ਇਮਰਾਨ ਖਾਨ ਦਾ ਸਾਥ ਦੇਣ ਆਇਆ। ਇਮਰਾਨ ਖਾਨ ਦੀ ਕੁਰਬਾਨੀਆਂ ਦੀ ਖਾਤਰ, ਚੋਰਾਂ ਨੇ ਇੱਕ ਕੁੱਤਾ ਪਾਲਾ, ਅੱਛਾ ਚੱਚਾ ਮੁੱਛੋ ਵਾਲਾ। ਕਿਹੜਾ? ਉਹ ਇੱਕ ਹੀ ਹੈਗਾ ਜੇ ਬੰਦਾ ਜਾਦਾ ਬਾਜੀ ਬਾਜੀ ਹੋਣੀ ਹੈ। ਅੱਛਾ, ਅਗਰ ਜੋ ਪੁਲਿਸ ਆਉਂਦੀ ਸਮਾਨ ਪਾਟ, ਚਾਚਾ ਕੀ ਕਰੋਗੇ? ਉਹਨਾਂ ਨੇ ਕੀ ਕਰਨਾ, ਤੁਹਾਨੂੰ ਲੈ ਜਾਣਗੇ, ਜਾ ਕੇ ਜੇਲ੍ਹ ਵਿੱਚ ਬੰਦ ਕਰ ਦੇਣੀ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇਣੀ ਹੈ, ਅਸੀਂ ਆਪਣੇ ਮੁਲਕ ਦੀ ਕੁਰਬਾਨੀ ਦੇਣੀ ਹੈ। ਚਾਚਾ ਜੀ ਮਾਸ਼ਾਅੱਲਾ, ਤੁਹਾਡੀ ਇੰਨੀ ਉਮਰ ਹੈ, ਡਰ ਨਹੀਂ ਲੱਗਦਾ? ਮੇਰੀ ਉਮਰ 76 ਸਾਲ ਜੀ, 76 ਸਾਲ, 3 ਸਾਲ ਪਹਿਲੇ ਜੇਲ੍ਹ ਕੱਟੀ ਹੋਈ ਹੈ, ਸਾਲ ਮੇਰੀ ਬੀਵੀ ਨੇ ਜੇਲ੍ਹ ਕੱਟੀ ਹੋਈ ਹੈ, ਗੁਰਦੁਆਰੇ ਦੀ ਪੁੱਤਰ ਦੀ ਬੇਟੀ, ਨੌਜਵਾਨ ਬੇਵੀਰ ਪੁੱਤਰ ਸ਼ਹੀਦੀ ਖਾਤਰ। ਅਗਰ ਅੱਜ ਵੀ ਬੇਬੀ ਹੁੰਦੀ ਤੇ ਅਸੀਂ ਉਹਦਾ ਸਾਥ ਦਿੰਦੇ, ਲੇਕਿਨ ਹੁਣ ਸਰਕਾਰੀ ਨੇ ਬੀਬੀ ਨੂੰ ਮਰਵਾ ਦਿੱਤਾ, ਤੇ ਉਹ ਜਿੰਨਾ ਸਾਰੀ ਜ਼ਿੰਦਗੀ ਮਾਂ ਬਾਪ ਦੁੱਧ ਹੀ ਨਹੀਂ ਪੀਤਾ, ਤੇ ਉਹ ਅੱਜ ਮੈਂ ਚੋਰਾਂ ਦੇ ਨਾਲ ਮਿਲ ਗਿਆ। ਕੀ ਚੱਕਰ ਦੱਸਿਆ ਤੁਸੀਂ? ਮੇਰਾ ਨਾਮ ਬਸ਼ੀਰ ਹੈ, ਮੈਨੂੰ ਪੁੱਛੋ। ਅੱਛਾ, ਮੈਨੂੰ ਪੁੱਛੋ, ਕਹਿੰਦੇ ਨੇ ਮੈਂ ਜਾਤ ਦਾ ਮਾਣ ਆ, ਤੇ ਨਾ ਮੈਂ ਜਿਹਨੂੰ ਗੱਲ ਨਹੀਂ ਪੁੱਛੋ ਦੇ ਨਾਂ ਤੇ ਰੱਖਿਆ, ਇਸ ਕੋ ਮੇਰਾ ਮੋਟੀ ਨਾ ਬੇਨਜ਼ੀਰ ਪੁੱਤਰ ਮੇਰੇ ਸਿਆਣੇ ਮੇਰੀ ਚੁੱਗੀ ਦੇ ਵਿੱਚ ਆਈਏ, ਮੇਰੀ ਉਹਨੇ ਮੇਰੀ ਉਹਨੇ ਬਹੁਤ ਇੱਜ਼ਤ ਕੀਤੀ ਹੈ, ਬਹੁਤ ਹੀ ਜਜ਼ਬਾ ਪਿਆਰ ਕੀਤਾ। ਉਹਦੇ ਤੋਂ ਬਾਅਦ ਅਲੀਮ ਖਾਨ ਆਇਆ, ਅਲੀਮ ਖਾਨ ਦੇ ਨਾਲ ਅੱਜ ਵੀ ਜਾਨ ਵਾਲਣ ਤੋਂ ਉਹਦੇ ਤੋਂ ਪਿਆਰ ਆ, ਲੇਕਿਨ ਉਹ ਕਿਸੇ ਮਜਬੂਰੀਆਂ ਦੇ ਤਹਿਤ ਕੀਤਾ ਹੈ, ਅਸੀਂ ਫਿਰ ਵੀ ਕੁਛ ਨਹੀਂ ਕਹਿਣਾ। ਮੈਂ ਅੱਜ ਵੀ ਅਲੀਮ ਖਾਨ ਦੇ ਜਾਨ ਤੋਂ ਨਹੀਂ ਪਿਆਰ ਆ, ਲੇਕਿਨ ਇਮਰਾਨ ਕਿਸੇ ਪਾਕਿਸਤਾਨ ਦੀ ਬਕਾ ਦੀ ਜੰਗ ਨਾਲ ਲਿਆ, ਇਹਦੇ ਅਸੀਂ ਮਰਨਾ ਵੀ ਪਿਆ ਕੇ ਬਚੇ। ਚਾਚਾ, ਪੀਪਲ ਪਾਰਟੀ ਕਿਉਂ ਛੱਡਤੀ? ਪੀਪਲ ਪਾਰਟੀ ਐਸੇ ਛੱਡੀ ਕਿ ਦੇ ਨਜ਼ੀਰ ਦਾ ਕਾਤਲ ਜਲਜਾਰੀ ਹੈ। ਚਾਚਾ, ਗਰੀ ਸ਼ੋਅ ਰਹਿੰਦੇ ਹੋ? ਮੈਂ ਗਰੀ ਸ਼ੋਅ ਦੇ ਸਾਬਕ ਚੇਅਰਮੈਨ ਯੂਨੀਅਨ ਕੌਂਸਲਰ ਦੇ ਆ, ਪਾਕਿਸਤਾਨ ਪੀਪਲ ਪਾਰਟੀ ਵੱਲੋਂ ਗਰੀ ਸ਼ੋਅ ਦੇ ਉਹ ਮੁਸਲਿਮ ਜਾਏ ਜਿਹਨੇ ਸਾਰੀ ਜਦੋਂ ਪਾਕਿਸਤਾਨ ਦਾ ਰਾਹ ਹੋਈ ਜਿੱਤੇ ਸਨ, ਜਹਾਂ ਸਾਬਕ ਮਿਲ ਗਏ। ਮੈਂ ਝੁੱਗੀ ਮਸ਼ੀਨ ਰੇਲਵੇ ਮੁਲਾਜ਼ਮ ਦਾ ਪੁੱਛਿਆ, ਮੈਂ ਚੋਰਾਂ ਦੇ ਰਾਹ ਹੈ। ਚਾਚਾ ਜੀ, ਅਗਰ ਪੁਲਿਸ ਆ ਗਈ ਤਾਂ ਤੁਹਾਨੂੰ ਡਰ ਨਹੀਂ ਲੱਗਦਾ? ਇੰਨੀ ਉਮਰ ਹੈ, ਡਰ ਕਾਹਦਾ? ਡਰ ਸਿਰਫ ਹੋਣਾ ਚਾਹੀਦਾ ਖੋਫੇ ਖੁਦਾ ਅੱਲਾ ਦਾ ਡਰ ਹੈ। ਅਗਰ ਇਮਰਾਨ ਖਾਨ ਮੁਲਕ ਦੀ ਸਾਂਭੀਅਤ ਦੀ ਖਾਤਰ, ਮੁਲਕ ਦੀ ਬਕਾ ਦੀ ਖਾਤਰ, ਮੁਲਕ ਦੀ ਅਮਨ ਦੀ ਖਾਤਰ ਆਪਣੀ ਜਾਨ ਤਨੀ ਤੇ ਰੱਖੀ ਹੋਏ ਨੇ, ਤੇ ਸਾਨੂੰ ਵੀ ਅਸੀਂ ਜ਼ਿੰਦਗੀ ਗੁਜ਼ਾਰਨ ਲੱਗੇ, ਲੇਕਿਨ ਮਰ ਵੀ ਗਏ ਤੇ ਸਾਡੀ ਉਲਾਦ ਉਹਨਾਂ ਕੋਲ ਬਦਲਾ ਬੋਲ ਨਹੀਂ ਜੀ। ਅੱਛਾ।